ਕਰਨ ਕੀ ਆਇਆ ਇਸ ਦੁਨੀਆ 'ਚ? ਅੱਜ ਕੱਲ੍ਹ ਦਾ ਜੋ ਮਾਹੌਲ ਹੈ, ਬੱਚਾ ਵੱਡਾ ਹੁੰਦਾ, ਪੜ੍ਹਦਾ, ਕਮਾਉਣਾ ਸ਼ੁਰੂ ਕਰਦਾ, ਫਿਰ ਉਹਦੀ ਸ਼ਾਦੀ ਹੋ ਜਾਂਦੀ ਹੈ, ਔਰ ਫਿਰ ਉਹ ਇਸ ਦੁਨੀਆ ਤੋਂ ਤੁਰ ਜਾਂਦਾ। ਕਿਆ ਬੰਦੇ ਦਾ ਇਹੀ ਕੰਮ ਹੈ ਕਿ ਉਹਨੇ ਆਉਣਾ ਹੈ, ਪੜ੍ਹਨਾ ਹੈ, ਕਮਾਉਣਾ ਹੈ, ਬੱਚੇ ਪੈਦਾ ਕਰਨੇ ਨੇ ਅਤੇ ਫਿਰ ਉਹਨੇ ਤੁਰ ਜਾਣਾ ਵੇ? ਅਸੀਂ ਉਸ ਅਸਲ ਮਕਸਦ ਤੋਂ ਹਟ ਗਏ ਹੋਏ ਹਾਂ। ਬੰਦੇ ਨੂੰ ਇਸ ਦੁਨੀਆ 'ਤੇ ਭੇਜਣ ਦਾ ਜਿਹੜਾ ਮਕਸਦ ਸੀ, ਉਹ ਇਹ ਨਹੀਂ ਸੀ ਕਿ ਉਹਨੇ ਆਉਣਾ ਹੈ ਔਰ ਉਹਨੇ ਕਮਾਉਣਾ ਹੈ ਔਰ ਉਹਨੇ ਫਿਰ ਕਮਾ ਕੇ ਅਤੇ ਫਿਰ ਮਰ ਜਾਣਾ। ਗੱਲ ਇਹ ਵੀ ਕਿ ਰੱਬ ਨੇ ਇਸ ਦੁਨੀਆ 'ਤੇ ਬੰਦੇ ਨੂੰ ਇਸ ਲਈ ਭੇਜਿਆ ਕਿ ਉਹ ਉਹਦੇ ਹੁਕਮਾਂ 'ਤੇ ਅਮਲ ਕਰੇ। ਔਰ ਮੇਰੇ ਵਾਲਦ ਸਾਹਿਬ ਕਹਿੰਦੇ ਹੁੰਦੇ ਸਨ ਕਿ ਦੁਨੀਆ ਇਮਤਿਹਾਨੀ ਸੈਂਟਰ ਹੈ, ਇੱਥੇ ਹਰ ਬੰਦੇ ਦਾ ਇਮਤਿਹਾਨ ਹੋਣ ਡਿਆ, ਔਰ ਬੰਦਾ ਜੋ ਕੁਛ ਇਸ ਦੁਨੀਆ 'ਤੇ ਕਰਦਾ, ਇੱਕ ਇੱਕ ਗੱਲ ਦਾ ਉਹਨੇ ਹਿਸਾਬ ਦੇਣਾ ਜਾ ਕੇ। ਅੱਜ ਮੈਂ ਜਦੋਂ ਵੇਖਦਾ ਵਾਂ ਕਿ ਬੱਚੇ ਆਪਣੇ ਮਾਂ ਪਿਓ ਨਾਲ ਕੀ ਕਰਨ ਡਏ ਨੇ, ਕਿਆ ਰੱਬ ਨੇ ਪੁੱਛਣਾ ਨਹੀਂ ਕਿ ਮੈਂ ਤੁਹਾਨੂੰ ਭੇਜਿਆ ਸੀ ਕਿ ਆਪਣੇ ਮਾਂ ਬਾਪ ਦੀ ਖਿਦਮਤ ਕਰੋ? ਔਰ ਅੱਜ ਦੁਨੀਆ ਵੱਲ ਦੇਖੋ, ਆਪਣੇ ਇਰਦ ਗਿਰਦ ਵੇਖੋ, ਅਸੀਂ ਆਪਣੇ ਆਪ ਨੂੰ ਦੇਖੀਏ, ਅਸੀਂ ਕੀ ਕਰਨ ਡਏ ਹਾਂ? ਰੱਬ ਨੇ ਇੱਕ ਇੱਕ ਗੱਲ ਦਾ ਹਿਸਾਬ ਲੈਣਾ। ਰੱਬ ਰੱਖ।